Z5 ऐप डाउनलोड करो ते देखो पूरे एपिसोड बिल्कुल फ्री। तो मेरा पहला सवाल है कि अपनी गलती कौन नहीं मानता थोड़े दोनों से? ਇਹਨਾਂ ਨੂੰ ਬਹੁਤ ਵਾਰੀ ਕਹਿੰਦਾ ਮੈਨੂੰ ਹਾਰ ਮੰਨਣੀ ਪੈਂਦੀ ਆ ਵੀ ਨਹੀਂ ਮੈਂ ਮੰਨ ਲੈਣਾ ਗਲਤੀ ਇਹਨਾਂ ਦੀ ਹੁੰਦੀ ਆ ਫਿਰ ਮਾਫੀ ਮੈਨੂੰ ਮੰਗਣੀ ਪੈਂਦੀ ਮੈਨੂੰ ਆਪਣੇ ਬੈਕ ਹੋਣਾ ਪੈਂਦਾ ਪਿੱਛੇ ਹੋਣਾ ਪੈਂਦਾ ਵੀ ਚਲ ਮੈਂ ਹੀ ਮੰਨ ਲੈਂਦਾ ਮੈਂ ਜੋ ਕੁਛ ਇਹ ਨਹੀਂ ਮੰਨਦੇ ਪਰ ਲਾਸਟ ਤੱਕ ਨਹੀਂ ਮੰਨਣਾ ਇਹਨਾਂ ਨੇ ਜੇ ਇਹਨਾਂ ਦੀ ਗਲਤੀ ਹੈਗੀ ਵੀ ਆ ਗਲਤੀ ਵੀ ਇਹਨਾਂ ਦੀ ਹੁੰਦੀ ਆ ਬਟ ਇਹਨਾਂ ਨੇ ਮੰਨਣੀ ਵੀ ਨਹੀਂ ਹੁੰਦੀ ਪਰ ਮੈਂ ਰੋਟੀ ਖਾਣੀ ਹੁੰਦੀ ਆ ਮੈਨੂੰ ਰੋਟੀ ਨਹੀਂ ਮਿਲਣੀ ਹੁੰਦੀ ਸ਼ਾਮ ਨੂੰ ਇਸ ਕਰਕੇ ਮੈਂ ਕਹਿੰਦਾ ਚਲ ਮੈਂ ਹੀ ਗਲਤੀ ਮੰਨ ਲੈਂਦਾ ਫਿਰ ਅਸੀਂ ਇਦਾਂ ਬੋਲਣਾ ਸ਼ੁਰੂ ਕਰ ਦਿੰਦੇ ਕਦੇ ਪਰ ਹਰ ਵਾਰੀ ਨਹੀਂ ਹੁੰਦੇ ਹਰ ਵਾਰੀ ਮੈਨੂੰ ਚੁੱਪ ਹੋ ਜਾਣਾ ਪੈਂਦਾ ਵਾ ਤੇ ਤੁਸੀਂ ਨਹੀਂ ਮੰਨਦੇ ਤੁਸੀਂ ਹਰ ਵਾਰੀ ਤੁਹਾਡੀ ਜਿੱਦ ਹੁੰਦੀ ਆ ਵੀ ਜਿਹੜੀ ਗੱਲ ਤੁਹਾਨੂੰ ਲੱਗੀ ਸਹੀ ਆ ਚਾਹੇ ਉਹ ਗਲਤ ਵੀ ਹੋ ਤਾਂ ਸਹੀ ਹੀ ਪ੍ਰੂਵ ਕਰਵਾਉਣੀ ਹੁੰਦੀ ਆ ਤੁਸੀਂ ਤੇ ਜਦ ਮੈਂ ਮੰਨ ਲੈਂਦਾ ਵੀ ਹਾਂ ਠੀਕ ਆ ਫਿਰ ਤੁਹਾਨੂੰ ਸੈਟੀਸਫੈਕਸ਼ਨ ਆ ਫਿਰ ਤੁਸੀਂ ਮੰਨ ਜਾ ਫਿਰ ਬਾਅਦ ਚ ਜਦ ਤੁਸੀਂ ਕਹੋ ਵੀ ਇਹ ਗਲਤ ਸੀਗੀ ਪਰ ਐਟ ਏ ਟਾਈਮ ਤੁਹਾਨੂੰ ਇਹ ਹੁੰਦਾ ਵੀ ਨਹੀਂ ਮੈਂ ਸਹੀ ਤੇ ਮੈਂ ਵੀ ਹੈਗੀ ਆ ਕਿ ਮੈਂ ਤੁਹਾਨੂੰ ਦੱਸ ਦਵਾਂ ਕਿ ਇਹਦੇ ਵਿੱਚ ਪ੍ਰਵੀਨ ਜੀ ਦੀ ਪਨਿਸ਼ਮੈਂਟ ਬਣਦੀ ਚਲੋ ਚੱਕ ਲਓ ਸਕੇਲ ਫਿਰ ਹੌਲੀ ਹੌਲੀ ਮਾਰ ਲਓ ਫਿਰ ਕੀ ਹੋ ਗਿਆ ਇਹ ਥੋੜੀ ਛੋਟੀ ਛੋਟੀ ਜਿਹੀ ਪਨਿਸ਼ਮੈਂਟ ਹੈ ਸੋ ਮੇਰਾ ਅਗਲਾ ਸਵਾਲ ਹੈਗਾ ਹੈ ਕਿ ਹਰ ਕੰਮ ਅੱਧਾ ਅਧੂਰਾ ਕੌਣ ਕਰਦਾ ਹੈ ਉਹ ਪ੍ਰਵੀਨ ਲੇਜ਼ੀ ਹੁੰਦੇ ਨੇ ਲੇਟ ਕਰ ਦਿੰਦੇ ਨੇ ਕੰਮ ਨੂੰ ਇੰਨਾ ਜ਼ਿਆਦਾ ਲੇਟ ਕਰ ਦਿੰਦੇ ਨੇ ਬਹੁਤ ਜ਼ਿਆਦਾ ਤਿਆਰ ਹੋਣਾ ਡਰੈਸ ਸਿਲੈਕਟ ਕਰਨੀ ਇਹਨਾਂ ਨੂੰ ਪਤਾ ਹੋਵੇ ਫੰਕਸ਼ਨ ਸੰਡੇ ਦਾ ਫੰਕਸ਼ਨ ਆ ਇੱਕ 1 week ਪਹਿਲਾਂ ਵੀ ਇਹਨੂੰ ਦੱਸਿਆ ਹੋਵੇ ਆਪਾਂ ਰੈਡੀ ਕਰਨਾ ਸਾਰਾ ਕੁਛ ਬਟ ਇਹਨਾਂ ਨੇ ਟਾਈਮ ਦੇ ਇੰਨਾ ਹੁੰਦਾ ਇਹਨਾਂ ਨੂੰ ਟਾਈਮ 'ਤੇ ਮੈਂ ਕਰੂੰ ਤੇ ਟਾਈਮ 'ਤੇ ਫਿਰ ਬਿਲਕੁਲ ਲੇਟ ਹੋ ਜਾਣਾ ਹੁੰਦਾ ਪ੍ਰੋਗਰਾਮ ਤੋਂ ਪਹਿਲਾਂ ਨਹੀਂ ਕਰਦੇ ਲੇਜ਼ੀ ਤੇ ਲੇਟ ਬਹੁਤ ਹੁੰਦੇ ਨੇ ਇੱਥੇ ਕੁਐਸਚਨ ਨੂੰ ਧਿਆਨ ਫਿਰ ਉਸ ਤੋਂ ਬਾਅਦ ਕੁਐਸਚਨ ਨੂੰ ਧਿਆਨ ਨਾਲ ਸੁਣੋ ਅੱਧਾ ਅਧੂਰਾ ਕੰਮ ਕੌਣ ਕਰਦਾ ਅੱਧਾ ਅਧੂਰਾ ਹੀ ਹੋ ਗਿਆ ਨਾ ਤੁਸੀਂ ਤੇ ਅੱਧੇ ਕੱਪੜੇ ਡਰੈਸ ਤੋਂ ਤਿਆਰ ਹੁੰਦੀ ਅੱਧੀ ਨਹੀਂ ਹੁੰਦੀ ਲੇਟ ਕਰਾ ਦਿੰਦੇ ਹੋ ਮੈਂ ਉਦੋਂ ਰੈਡੀ ਹੋ ਉਸ ਤੋਂ ਬਾਅਦ ਤੁਹਾਡਾ ਆਰਗੂਮੈਂਟ ਹੁੰਦਾ ਆਪਣੀ ਮੈਚਿੰਗ ਨਹੀਂ ਹੋ ਰਹੀ ਮੈਚਿੰਗ ਕਿਉਂ ਮੈਂ ਤਾਂ ਸਿਲੈਕਟ ਕਰੀ ਬੈਠਾ ਹਾਂ ਸੱਚ ਤੁਸੀਂ ਅੱਜ ਵੀ ਮੈਚਿੰਗ ਨਹੀਂ ਕੀਤੀ ਭਈ ਇਦਾਂ ਕਿਉਂ ਉਹੀ ਗੱਲ ਸੇਮ ਰੀਜ਼ਨ ਹੈ ਮੇਰੀ ਡਰੈਸ ਪਹਿਲਾਂ ਫਾਈਨਲ ਸੀ ਇਹਨਾਂ ਨੇ ਲੇਟ ਇਹਨਾਂ ਨੂੰ ਕੰਫੀਡੈਂਸ ਬਹੁਤ ਸੀ ਮੈਂ ਟਾਈਮ ਤੇ ਰੈਡੀ ਕਰ ਲੈਣੀ ਤੇ ਟਾਈਮ ਤੇ ਇਹਨਾਂ ਤੇ ਹੋਈ ਨਹੀਂ ਜੋ ਮਿਲੀ ਹੋਈ ਮੇਰੇ ਖਿਆਲ ਚ ਤੁਸੀਂ ਵਾਲੇ ਆਪਣੇ ਦਿਮਾਗ ਤੇ ਜੋਰ ਪਾਓ ਠੀਕ ਹੈ ਜੀ ਮੇਰੇ ਅਕੋਰਡਿੰਗ ਤਾਂ ਕੱਪੜੇ ਤਾਂ ਮੈਂ ਹੀ ਪ੍ਰੈਸ ਕਰਨੇ ਸੀ ਤੇ ਤੁਸੀਂ ਇਸ ਗੱਲ ਦੇ ਕਿਸ ਤਰ੍ਹਾਂ ਕਹਿ ਸਕਦੇ ਵੀ ਮੈਂ ਤਾਂ ਆਪਣੇ ਪ੍ਰੈਸ ਆਫ ਕਰਕੇ ਰੈਡੀ ਕਰੀ ਬੈਠਾ ਸੀ ਤੁਸੀਂ ਲੇਟ ਹੋ ਗਏ ਅੱਜ ਤੁਹਾਨੂੰ ਨਹੀਂ ਉਹ ਸਿਲੈਕਸ਼ਨ ਹੋਈ ਤੁਹਾਡੀ ਜੇ ਮੇਰੇ ਵਾਂਗੂ ਇੱਕ ਹਫ਼ਤਾ ਪਹਿਲਾਂ ਸਿਲੈਕਟ ਕਰਦੇ ਕਿਉਂ 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 ਮੈਂ ਧੋਤੇ ਤਾਂ ਤੁਸੀਂ ਪ੍ਰੈਸ ਕੀਤੇ ਤੁਹਾਡੇ ਦੋਵਾਂ ਵਿੱਚੋਂ ਲਾਪਰਵਾਹ ਜ਼ਿਆਦਾ ਕੌਣ ਸੱਚੀ ਦੇਖੋ ਤੇ ਸਾਰੇ ਇਲਜ਼ਾਮ ਤੁਹਾਡੇ ਤੇ ਲਾਈ ਜਾਂਦੇ ਆ ਟੈਂਕੀ ਮੋਟਰ ਚਾਲੂ ਕਰ ਦਿੰਦੇ ਆ ਅਸੀਂ ਟੈਂਕੀ ਭਰਨ ਲਈ ਤੇ ਉਹ ਲਾਪਰਵਾਹ ਇਹਨਾਂ ਨੇ ਭੁੱਲ ਜਾਂਦੇ ਨੇ ਲਗਾਤਾਰ ਉਹ ਪਾਣੀ ਗਿਰਦਾ ਰਹਿੰਦਾ ਇਹਨਾਂ ਨੂੰ ਦੱਸਣਾ ਵੀ ਨਹੀਂ ਹੁੰਦਾ ਫਿਰ ਮੈਂ ਕਹਿੰਦਾ ਮੈਨੂੰ ਦੱਸ ਦਿਆ ਕਰੋ ਕੋਈ ਗੱਲ ਨਹੀਂ ਮੈਂ ਬੰਦ ਕਰ ਦਿਆ ਕਰੂੰਗਾ ਬਟ ਇਹਨਾਂ ਨੇ ਸੁੱਚ ਆਨ ਕਰਕੇ ਭੁੱਲ ਜਾਣਾ ਹੁੰਦਾ ਉਸ ਤੋਂ ਬਾਅਦ ਅੱਧਾ ਘੰਟਾ ਪਾਣੀ ਓਵਰਫਲੋ ਹੁੰਦਾ ਰਹਿੰਦਾ ਥੋੜਾ ਚਿਰ ਇੱਕ ਦੋ ਇਹਦੇ ਵਿੱਚ ਮੈਂ ਰੀਜ਼ਨ ਦੱਸਦੀ ਹਾਂ ਕੱਲ੍ਹ ਵਿੱਚ ਮੈਂ ਛੋਟੀ ਹਾਂ ਸਾਰਿਆਂ ਤੋਂ ਠੀਕ ਹੈ ਜੀ ਤੇ ਅਗਰ ਕਿਸੇ ਨੇ ਆਪਣੀ ਪੜਾਸ ਕੱਢਣੀ ਹੁੰਦੀ ਸਾਰੀ ਮੇਰੇ ਤੇ ਨਿਕਲ ਜਾਂਦੀ ਹੈ ਤੇ ਟੈਂਕੀ ਕਿਸੇ ਨੇ ਵੀ ਲਾਈ ਹੁੰਦੀ ਤਾਂ ਬਲੇਮ ਮੇਰੇ ਤੇ ਆ ਜਾਂਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਪਹਿਲੇ ਕਲੂ ਦੇ ਨਾਲ ਹੈਗਾ ਕਾਲਜ ਨਜ਼ਰੋਂ ਬਸ ਕਾਲਜ ਦੇ ਵਿੱਚ ਪੜ੍ਹਦੇ ਅਸੀਂ ਪਰਿੰਦੇ ਦੋ ਕਈਆਂ ਦੋ ਨੀਵੇ ਤਾਈਓ ਨਜ਼ਰੋਂ ਲਾਹੇ ਜੀ ਮੈਂ ਰਾਹੀ ਮਿੰਨੀ ਬਸ ਦਾ ਸ਼ੌਂਕੀ ਪੜ੍ਹਨੇ ਦਾ ਪੜ੍ਹਨੇ ਦਾ ਪੜ੍ਹਨੇ ਦਾ ਉਹਦੀ ਚਿੱਟੀ ਲੈਂਸਰ ਵੱਢਦੀ ਜਾਂਦੀ ਫਾਹੇ ਜੀ ਕਿਆ ਬਾਤ ਹੈ ਵਾਹ ਤੁਹਾਨੂੰ ਮਿਲਦਾ ਹੈ ਪੁਆਇੰਟ ਔਰ ਅਗਲਾ ਕਲੂ ਹੈਗਾ ਹੈ ਮਾਰ ਬਾਪੂ ਚੌਂਕ ਜਿਹੜਾ ਬੰਬ ਸੁੱਟ ਮਾਰ ਦੂਗਾ ਬੱਲੀਏ ਤੇਰਾ ਬਾਪੂ ਵਾਲੇ ਦੇਂਦਾ ਨਹੀਂ ਜਿਹੜਾ ਚੌਂਕ ਵਿੱਚ ਛੜੇ ਨੂੰ ਵੀ ਚੱਕ ਲੂ ਤੇਰਾ ਭਾਈ ਅੱਤ ਵੇਂਦਾ ਨਹੀਂ ਯਾਰ ਤੇਰਾ ਗਲੀ ਵਿੱਚ ਗੇੜੇ ਲਾਉਂਦਾ ਰਹੂਗਾ ਤੋੜ ਦੂੰਗਾ ਸਾਰ ਜਿਹੜਾ ਤੇਜ ਬੰਨ ਕਰੂਗਾ ਉਹ ਜਿਹੜੀ ਮਾਰ ਮਾਰ ਲਾਸ਼ਾ ਬਾਦੂ ਬੱਲੀਏ ਤੇਰੀ ਬੇਬੇ ਅੱਗ ਚੇਂਦਾ ਨਹੀਂ ਕਿਆ
ਸੋ ਤੁਹਾਨੂੰ ਮਿਲਦਾ ਹੈ 0.1:1 ਦਾ ਸਕੋਰ। ਅਗਲਾ ਕੀ ਹੋਇਆ? ਅੱਡੀਆਂ ਚੰਨਾ ਅਮਰੀਕਾ ਕੰਨਾਂ ਤੋਂ ਵੀ ਸੁਖਣੀ ਤੇ ਅੱਡੀਆਂ ਵੀ ਸੁਖੀਆਂ ਚੂੜੀਆਂ ਬਗੈਰ ਚੰਨਾ ਗੋਲ ਗੋਲ ਵਾਹ ਤੇਰੀ ਵੇਟ ਲੈ ਵਰ ਅਮਰੀਕਾ ਵਾਲੇ ਆਵੇ ਕਿੱਥੇ ਜਾਂਦੀ ਤਨਖਾਹ ਕਿਆ ਤੁਹਾਨੂੰ ਜਾਂਦਾ ਹੈ ਇਹ ਵਾਲਾ 0.2:1 ਦਾ ਸਕੋਰ। ਅਗਲਾ ਕਲੂ ਹੈ ਰੋਟੀਆਂ ਪੜਦੀ ਝੂਟੇ 10 ਵਜੇ ਤੱਕ ਨਾ ਰਜਾਈ ਜਾਂਦੀ ਮੇਰੀ ਬੇਬੇ 4 ਵਜੇ ਉੱਠ ਤਾਰਾ ਕੱਢਦੀ ਨੇਤ ਲੱਗ ਜਾਈ ਰੋਟੀਆਂ ਪਕਾਉਣੀਆਂ ਤੇ ਕਹਿੰਦੀ ਕਿ ਜ਼ਿੰਦਗੀ ਚ ਰਸ ਗਈ ਵੇ ਮੈਂ ਪੜਦੀ ਹੁੰਦੀ ਸੀ ਲੋ ਕੱਢਦੀ ਹੁੰਦੀ ਸੀ ਕਿਤੇ ਤੇਰੇ ਝੂਟੇ ਲਾ ਦੇ ਅੱਜ ਫਸ ਗਈ। ਕੀ ਬਾਤ ਹੈ ਜਨਾਬ, ਤਾਂ ਤਾਂ ਬੜੇ ਗਾਣੇ ਆਉਂਦੇ ਨੇ। 3:1 ਦਾ ਸਕੋਰ ਹੈ। ਅਗਲਾ ਕਲੂ ਹੈਗਾ ਰੱਬ ਸਿੰਗਲ ਮਿਲੀ ਸਾਰੀ ਦੁਨੀਆ ਤੇ ਦਿਲ ਕੱਢਿਆ ਸੀ ਮੈਂ ਤੇਰੇ ਜੋਗਾ ਬਣੇ ਤਾਂ ਛੱਡਿਆ ਸੀ ਮੈਂ ਸਿੰਗਲ ਸੀ ਮੈਂ ਤੂੰ ਵੀ ਕੱਲੀ ਮਿਲ ਗਈ ਚੱਲਾ ਜੇ ਮੈਂ ਤੂੰ ਵੀ ਕੱਲੀ ਮਿਲ ਗਈ। ਕਿਆ ਆਵਾਜ਼ ਹੈ, ਕੀ ਕਰੀ ਜਾਂਦੇ ਹੋ ਬਈ। 4:1 ਦਾ ਸਕੋਰ ਹੋ ਗਿਆ ਹੈ। ਅਗਲਾ ਕਲੂ ਹੈਗਾ ਹੈ ਮੱਥੇ ਮਿਲਿਆ ਲੇਖ ਟੇਕੇਂਗੀ ਤੂੰ ਮੱਥੇ ਬੜੇ ਰੱਬ ਨੂੰ ਕਿ ਮੇਰੇ ਲਈ ਆਉਂਦਾ ਤੈਨੂੰ ਮਿਲਿਆ ਤੁਹਾਨੂੰ ਜਾਂਦਾ ਹੈ 0.4:2 ਦੇ ਸਕੋਰ ਦੇ ਨਾਲ। ਸਾਡੀ ਜਿਹੜੀ ਅੰਤਾਕਸ਼ਰੀ ਹੈ ਉਹ ਇੱਥੇ ਹੀ ਖਤਮ ਹੁੰਦੀ ਹੈ ਤੇ ਜੇਤੂ ਟੀਮ ਜਨਾਬ ਫੇਰ ਤੁਹਾਡੀ ਟੀਮ ਹੈ। ਕੀ ਬਾਤ ਹੈ, ਵੈਰੀ ਨਾਈਸ। ਸੋ ਇਸੇ ਨਾਲ ਅਸੀਂ ਆਪਣੇ ਅੱਜ ਦੇ ਇਸ ਐਪੀਸੋਡ ਦੇ ਅਖੀਰਲੇ ਪੜਾਵ ਤੇ ਵੀ ਆ ਗਏ ਹਾਂ। ਦਰਖਾਸਤ ਕਰਾਂਗੀ, ਤੋਹਫਾ ਲੈ ਕੇ ਆਓ ਪਲੀਜ਼। ਜ਼ੀ5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।